ਦੋਸਤੋ ਕੀ ਹਾਲ ਚਾਲ ਨੇ, ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਅਤੇ ਬੜਾ ਮਸ਼ਹੂਰ ਹਾਂ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ, ਬੜੀ ਚਾਹਤ ਦੇ ਨਾਲ ਵੇਖਦੇ ਨੇ ਅਤੇ ਦੋਸਤਾਂ ਨਾਲ ਲਾਈਕ ਸ਼ੇਅਰ ਵੀ ਕਰਦੇ ਨੇ ਅਤੇ ਮੇਰੇ ਚੈਨਲ ਜਨਾਬ ਸਬਸਕ੍ਰਾਈਬ ਵੀ ਕਰਦੇ ਨੇ। ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਜਨਾਬ, ਪਹਿਲੇ ਸੂਬੇ ਵਾਲੀ ਝੋਟੀ ਦੀ। ਹੁਣ ਮੇਰਾ ਕੈਮਰਾਮੈਨ ਸਾਹਿਬ ਪਹਿਲੇ ਸੂਬੇ ਵਾਲੀ ਝੋਟੀ ਵਿਖਾਵੇਗਾ ਤੁਹਾਨੂੰ। ਇਹ ਪਹਿਲਾ ਸੂਬਾ ਸੂਈ ਹੈ ਜੀ, ਅਜੇ ਬੋਹਲਾ ਕੋਈ ਨਹੀਂ ਕੱਢਿਆ। ਇਹਨੂੰ ਜਨਾਬ 2-2.5 ਘੰਟੇ ਹੋ ਗਏ ਸੂਈ ਨੂੰ, ਦਿੱਤੀ ਇਹਨੇ ਕੱਟੀ ਅਤੇ ਪਹਿਲਾ ਸੂਬਾ ਸੂਈ ਪਿੱਛੇ ਦੇ ਕੱਟੀ ਏ, ਅਜੇ ਬੋਹਲਾ ਬੋਹਲਾ ਮਾਲਕਾਂ ਕੋਈ ਨਹੀਂ ਕੱਢਿਆ, ਜੇਰ ਵੀ ਇਹਨੇ ਨਹੀਂ ਸੱਟੀ ਹਾਲੇ। ਹਾਂਜੀ ਟੋਰਾਂਗੇ ਜਦੋਂ ਤੁਹਾਨੂੰ ਦੱਸਾਂਗੇ ਟੋਰਾਂਗੇ। ਚਾਰੇ ਸਫੈਦ ਥਣ ਨੇ ਜੀ ਮਾਸ਼ਾਅੱਲਾ, ਇਹਦੇ ਚਾਰੇ ਸਫੈਦ ਥਣ ਨੇ ਜੀ। ਜੇਰ ਲਮਕਦੀ ਵੀ ਜਨਾਬ, ਇਹਨੇ ਹਾਲੇ ਜੇਰ ਕੋਈ ਨਹੀਂ ਸੱਟੀ। ਛੱਡ ਦੇ ਪਹਿਲਾ ਸੂਬਾ ਸੂਈ ਹੈ ਜੀ, ਦਿੱਤੀ ਇਹਨੇ ਕੱਟੀ ਅਤੇ 2 ਘੰਟੇ ਹੋ ਗਏ ਸੂਈ ਨੂੰ, ਬੋਹਲਾ ਵੀ ਅਜੇ ਕੋਈ ਨਹੀਂ ਕੱਢਿਆ। 2,10,000 ਰੁਪਏ ਦੀ ਡਿਮਾਂਡ ਹੈ, ਥੋੜ੍ਹਾ ਬਹੁਤਾ ਵਿੱਚ ਪਿਆਰ ਮੁਹੱਬਤ ਹੈ। 2,10,000 ਰੁਪਏ ਦੀ ਡਿਮਾਂਡ ਹੈ, ਵਿੱਚ ਕੋਈ ਥੋੜ੍ਹਾ ਬਹੁਤਾ ਪਿਆਰ ਮੁਹੱਬਤ ਹੈ। ਕੈਮਰਾਮੈਨ ਸਾਹਿਬ ਇਹਦੀ ਕੱਟੀ ਵਿਖਾ ਲਓ, ਥੋੜ੍ਹਾ ਜਿਹਾ ਟਲਾਪ ਲਾ ਕੇ ਵਿਖਾ ਲਓ। ਨੰਬਰ ਮੇਰਾ 0304-79-7776, ਇਹੋ ਮੇਰਾ ਵਟਸਐਪ ਦਾ ਨੰਬਰ ਹੈ, ਇਹੋ ਈਮੋ ਦਾ ਨੰਬਰ ਹੈ, ਲੋਕੇਸ਼ਨ ਮੇਰੀ ਆਰਫ ਵਾਲੇ ਦੀ। ਤੁਸੀਂ ਇਹ ਨੰਬਰ 'ਤੇ ਕਰਨੀ ਕਾਲ ਹੈ ਅਤੇ ਮੈਂ ਜਨਾਬ ਝੋਟੀ ਰੋਕਾਂਗਾ। ਚੋਰੋ ਮਾੜਾ ਗੇੜਾ ਕਢਾ, ਲੈ ਆਓ ਜੀ ਪਿੱਛਾ, ਲੈ ਆਓ ਪਿੱਛਾ। ਕਿਹੜੀ ਦੀ ਮਿਣੀ ਮਾਈ ਦੀ ਝੋਟੀ ਹੈ, ਵਿਖਾ ਦੇਣਾ। ਇਹਦੀ ਮਾਂ ਹੈ ਜਨਾਬ, ਇਹਦੀ ਮਾਂ ਵੀ ਇੱਥੇ ਇਹਨਾਂ ਦੇ ਕੋਲ ਹੀ ਖੜੀ ਹੈ, ਜਿਹਦੀ ਇਹ ਝੋਟੀ ਵਿਖਾ ਰਹੇ ਤਾਜ਼ੀ ਸੂਈ ਤੁਹਾਨੂੰ। ਇਹ ਘਰ ਦੀ ਇਹਨਾਂ ਦੀ ਹੈਗੀ, ਮੀਣੀ ਜਨਾਬ ਇਹਦੀ ਮਾਂ ਹੈ ਤੁਹਾਡੀ ਦੀ। ਬਸ ਠੀਕ ਆ।